ਸਾਰਿਆਂ ਨੂੰ ਪਤਾ ਲੱਗ ਗਿਆ ਹੁਣ GIC ਡਬਲ ਹੋ ਚੁੱਕਾ, $20,635 ਹੋ ਚੁੱਕਾ। ਉਹਨੂੰ ਦੇਖਦੇ ਹੋਏ ਓਮ ਗਲੋਬਲ ਹੁਣ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਇਆ, GIC ਮੈਡੀਕਲ ਐਮਬੈਸੀ ਫੀਸ ਪਲੱਸ ਤੁਹਾਡੀ ਟਿਊਸ਼ਨ ਫੀਸ। ਜੇਕਰ ਤੁਸੀਂ ਕੋਈ ਪੈਸਾ ਪਹਿਲਾਂ ਨਹੀਂ ਦੇਣਾ ਚਾਹੁੰਦੇ ਹੋ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਤਾਂ ਸਾਡੇ ਕੋਲ ਆਪਸ਼ਨ ਹੈਗੀ ਹੈ। ਅਸੀਂ ਤੁਹਾਡੇ ਕੋਲ ਪੈਸੇ ਉਸ ਦਿਨ ਲਵਾਂਗੇ ਜਿੱਦਣ ਤੁਹਾਡਾ ਵੀਜ਼ਾ ਆ ਗਿਆ। ਮੇਰੀ ਸਨੈਪਚੈਟ 'ਤੇ ਅਕਸਰ ਮੈਸੇਜ ਆ ਜਾਂਦੇ, ਆਹ ਮੇਰੇ ਸਟਿੱਕਰ ਵੀ ਲੱਗ ਜਾਂਦੇ ਆ, ਅਤੇ ਇਹਦਾ ਹੱਲ ਪੱਕਾ ਦੱਸੋ। ਬੰਦਾ ਆਣ ਕੇ ਕੋਈ ਵੀ ਪਾਸਪੋਰਟ ਚੱਕ ਕੇ ਵੈਰੀਫਾਈ ਕਰ ਸਕਦਾ ਕਿ ਕਿਹੜਾ ਬੰਦਾ? ਜਦੋਂ ਮਰਜ਼ੀ ਆ ਕੇ ਮੈਂ ਕੈਮਰੇ ਦਿਖਾ ਰਿਹਾ, ਜਦੋਂ ਮਰਜ਼ੀ ਆ ਕੇ ਇਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਹੋ। ਕੋਈ PPR ਨਹੀਂ ਦਿਖਾ ਰਿਹਾ, ਕੋਈ ਕੁਛ ਨਹੀਂ ਦਿਖਾ ਰਿਹਾ, ਇਹ ਤੁਹਾਡਾ ਵੀਜ਼ਾ, ਜੈਨੂਇਨ ਵੀਜ਼ਾ ਦਿਖਾ ਰਿਹਾ। ਇੱਕ ਵਾਰ ਓਰੀਜਨਲ ਡਾਕੂਮੈਂਟ ਲੈ ਕੇ ਆਓ, ਅਸੈਸਮੈਂਟ ਕਰਵਾਓ, ਦੈਨ ਤੁਹਾਡੀ ਫਾਈਲ ਐਲੀਜੀਬਲ ਹੈਗੀ ਹੈ, ਤਾਂ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰਵਾਓ। ਪੈਸੇ ਉੱਦਣ ਦਿਓ ਜਿੱਦਣ ਪਾਸਪੋਰਟ 'ਤੇ ਸਟੈਂਪ ਲੱਗ ਗਿਆ। ਕੋਈ E6 ਨਹੀਂ ਚਾਹੀਦੇ ਹੈਗੇ, ਕੋਈ ਆਪਾਂ ਨੂੰ 6.5 ਨੋਟ ਲੈਸਨ 6 ਬੈਂਡ ਨਹੀਂ ਚਾਹੀਦੇ, ਤੁਹਾਡੇ ਓਵਰਆਲ 6 ਬੈਂਡ ਹੈਗੇ, ਨੋਟ ਲੈਸਨ 5 ਹੈਗੇ, 5.5 ਬੈਂਡ ਹੈਗੇ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਦਾ। ਸਾਡੇ ਕੋਲ 5 ਰਿਫਿਊਜ਼ਲਾਂ ਤੋਂ ਬਾਅਦ ਵੀ ਕੋਈ ਬੱਚਾ ਆਉਂਦਾ, ਸਾਨੂੰ ਮੈਟਰ ਨਹੀਂ ਕਰਦਾ, ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਅੱਜ ਫੇਰ ਆਏ ਹਾਂ ਸ਼ਾਹ ਦੇ ਕੋਲ ਓਮ ਗਲੋਬਲ, ਅਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, GIC ਡਬਲ ਹੋ ਗਿਆ, ਸੋ ਉਹਦਾ ਸਲਿਊਸ਼ਨ ਜਿੱਦਾਂ ਹੋਣਾ ਕੈਨੇਡਾ ਦੇ ਵੀਜ਼ੇ ਲੱਗੇ ਪਿਆ, ਇਸ ਪਰਪਸ 'ਤੇ ਆਪਾਂ ਗੱਲ ਕਰਨੀ ਸ਼ਾਹ ਨਾਲ, ਬਾਕੀ ਸਾਰੀ ਗੱਲ ਕਰਦੇ ਹਾਂ। ਸ਼ਾਹ ਜੀ, ਦੱਸੋ ਇਨਫੋਰਮੇਸ਼ਨ ਕੀ ਅੱਜ ਦੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ GIC ਡਬਲ ਹੋ ਚੁੱਕਾ, $20,635 ਹੋ ਚੁੱਕਾ। ਸਿੱਧਾ ਹੀ ਸਿੱਧਾ 12.5 ਤੋਂ 13 ਲੱਖ ਰੁਪਇਆ ਇੰਡੀਅਨ ਰੁਪੀ ਦੇ ਵਿੱਚ ਬਣਦਾ ਪਿਆ। ਸੋ ਉਹਨੂੰ ਦੇਖਦੇ ਹੋਏ ਓਮ ਗਲੋਬਲ ਹੁਣ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਇਆ, GIC ਮੈਡੀਕਲ ਐਮਬੈਸੀ ਫੀਸ ਪਲੱਸ ਤੁਹਾਡੀ ਟਿਊਸ਼ਨ ਫੀਸ। ਜੇਕਰ ਤੁਸੀਂ ਕੋਈ ਪੈਸਾ ਪਹਿਲਾਂ ਨਹੀਂ ਦੇਣਾ ਚਾਹੁੰਦੇ ਹੋ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਤਾਂ ਸਾਡੇ ਕੋਲ ਆਪਸ਼ਨ ਹੈਗੀ ਹੈ। ਅਸੀਂ ਤੁਹਾਡੇ ਕੋਲ ਪੈਸੇ ਉਸ ਦਿਨ ਲਵਾਂਗੇ ਜਿੱਦਣ ਤੁਹਾਡਾ ਵੀਜ਼ਾ ਆ ਗਿਆ। ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹ ਕੁਐਸਚਨ ਆ ਰਿਹਾ ਵਾ ਵੀ GIC ਹੁਣ ਡਬਲ ਹੋ ਚੁੱਕੀ ਹੈ, ਕਿਉਂ ਡਬਲ ਹੋਈ ਹੈ? ਹਾਂ, ਇਹ ਜ਼ਰੂਰ ਦੱਸੋ। ਸੋ ਇਹਦਾ ਇੱਕ ਕਾਰਨ ਮੇਨ ਹੋਇਆ ਵਾ, ਕੈਨੇਡਾ ਦੇ ਵਿੱਚ ਬੜੇ ਬੱਚੇ ਕਹਿੰਦੇ ਹੁੰਦੇ ਸੀ ਕੰਮ ਹੈ ਨਹੀਂ ਗਾ ਜੀ, ਇਹ ਨਹੀਂ ਹੈਗਾ, ਲਿਵਿੰਗ ਐਕਸਪੈਂਸ, ਅਕੋਮੋਡੇਸ਼ਨ ਮਹਿੰਗੀਆਂ ਹੋ ਗਈਆਂ। ਸੋ ਉਹਨੂੰ ਦੇਖਦੇ ਹੋਏ ਕੈਨੇਡੀਅਨ ਗਵਰਨਮੈਂਟ ਨੇ ਐਟਲੀਸਟ ਲਗਾ ਕੇ ਚੱਲੋ 15 ਤੋਂ 20 ਸਾਲ ਬਾਅਦ ਇਹ ਸਟੈਪ ਲਿਆ। ਸੋ ਉਹਨਾਂ ਨੇ ਪਹਿਲਾਂ GIC ਕਦੀ ਇਨਕਰੀਜ਼ ਨਹੀਂ ਕੀਤੀ, ਸੋਚਿਆ ਬਹੁਤ ਵਾਰ ਸੀ, ਪਰ ਹੁਣ ਇਹ ਸਟੈਪ ਲਿਆ ਆ, ਹੁਣ ਇਸ ਕਰਕੇ ਇਸ ਚੀਜ਼ ਨੂੰ ਇਨਕਰੀਜ਼ ਕੀਤਾ ਗਿਆ। ਸੋ ਇਹਦੇ ਨਾਲ ਨਾਲ ਇੱਕ ਜਿਹੜਾ ਸਪਾਊਸ 1 ਦਿਨ ਵੀਜ਼ਾ ਲੱਗ ਜਾਂਦਾ, ਉਹ ਹਜੇ ਵੀ ਚੱਲਣ ਦਿਆ ਪ੍ਰੋਸੈਸ? ਹਾਂਜੀ ਹਾਂਜੀ ਹਾਂਜੀ, ਸਪਾਊਸ ਵੀਜ਼ਾ, ਕੈਨੇਡਾ ਵਿਦ ਸਟੂਡੈਂਟ ਵੀਜ਼ਾ ਵਿਦ ਸਪਾਊਸ ਸੇਮ ਡੇ, ਉਹ ਹਲੇ ਵੀ ਵੀਜ਼ਾ ਚੱਲਦਾ ਪਿਆ, ਪਤਾ ਨਹੀਂ ਕਿੰਨੀ ਦੇਰ ਤੱਕ ਚੱਲੇਗਾ, ਪਰ ਅੱਜ ਦੀ ਡੇਟ ਦੇ ਵਿੱਚ ਵੀ ਓਮ ਗਲੋਬਲ ਇਕੱਠਿਆਂ ਦਾ ਵੀਜ਼ਾ ਲੈ ਕੇ ਆ ਰਿਹਾ। ਸੋ ਇਕੱਠੇ ਜਾ ਸਕਦੇ ਹੋ ਤੁਸੀਂ। ਮੇਰੀ ਸਨੈਪਚੈਟ 'ਤੇ ਅਕਸਰ ਮੈਸੇਜ ਆ ਜਾਂਦੇ, ਆਹ ਮੇਰੇ ਸਟਿੱਕਰ ਵੀ ਲੱਗ ਜਾਂਦੇ ਆ, ਅਤੇ ਇਹਦਾ ਹੱਲ ਪੱਕਾ ਦੱਸੋ। ਬੰਦਾ ਆਣ ਕੇ ਕੋਈ ਵੀ ਪਾਸਪੋਰਟ ਚੱਕ ਕੇ ਵੈਰੀਫਾਈ ਕਰ ਸਕਦਾ ਕਿ ਕਿਹੜਾ ਬੰਦਾ? ਜਦੋਂ ਮਰਜ਼ੀ ਆ ਕੇ ਮੈਂ ਕੈਮਰੇ ਦਿਖਾ ਰਿਹਾ, ਜਦੋਂ ਮਰਜ਼ੀ ਆ ਕੇ ਇਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਹੋ। ਕੋਈ PPR ਨਹੀਂ ਦਿਖਾ ਰਿਹਾ, ਕੋਈ ਕੁਛ ਨਹੀਂ ਦਿਖਾ ਰਿਹਾ, ਇਹ ਤੁਹਾਡਾ ਵੀਜ਼ਾ, ਜੈਨੂਇਨ ਵੀਜ਼ਾ ਦਿਖਾ ਰਿਹਾ। ਜਿਸ ਬੱਚੇ ਦਾ ਵੀ ਆ, ਜੈਨੂਇਨ ਵੀਜ਼ਾ ਤੁਹਾਨੂੰ ਮੈਂ ਦਿਖਾ ਰਿਹਾ, ਜਦੋਂ ਮਰਜ਼ੀ ਆ ਕੇ ਤੁਸੀਂ ਵੈਰੀਫਾਈ ਕਰ ਸਕਦੇ। ਸੋ ਇਹ ਗੱਲ ਆਪਾਂ ਤੋਂ ਕਲੀਅਰ ਕਰਤੀ ਆ ਕਿ ਤੁਸੀਂ ਆਣ ਕੇ ਵੈਰੀਫਾਈ ਜ਼ਰੂਰ ਕਰ ਲਿਓ, ਕਿਉਂਕਿ ਬੜੇ ਲੋਕਾਂ ਨੇ ਪੈਸੇ ਲਾਉਣੇ ਆ, ਕਿਉਂਕਿ ਹੁਣ GIC ਡਬਲ ਆ, ਡਰ ਰਹਿਣਾ ਕਿ ਉਦੋਂ ਯਾਰ ਤੁਸੀਂ ਚੀਜ਼ ਝੂਠੀ ਵਿਖਾਤੀ ਸੀ, ਹੁਣ ਆਣ ਕੇ ਵੈਰੀਫਾਈ ਕਰੋ, ਵੀਜ਼ਾ ਲਾਓ ਅਤੇ ਬਾਹਰ ਜਾਓ। ਹੁਣ ਪੈਸੇ ਤਾਂ ਲੱਗਣੇ, ਪੈਸੇ ਸਾਰੇ ਬਾਅਦ 'ਚ ਹੋਣਾ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕੋਈ 1 ਰੁਪਿਆ ਵੀ ਪਹਿਲਾਂ ਅਸੀਂ ਤੁਹਾਡੇ ਕੋਲ ਚਾਰਜ ਨਹੀਂ ਕਰਾਂਗੇ। ਮਤਲਬ ਕੋਈ ਅੰਬੈਸੀ ਫੀਸ ਕੋਈ ਨਹੀਂ, ਆ ਤੁਹਾਡੀ ਫਾਈਲ ਦਾ ਖਰਚਾ ਪੈ ਗਿਆ, ਆਹ ਤੁਹਾਡੇ ਡਾਕੂਮੈਂਟ ਬਣ ਰਹੇ, ਉਹ ਕੋਈ ਪ੍ਰੋਬਲਮ ਨਹੀਂ? ਕੋਈ ਪੈਸਾ ਨਹੀਂ ਜੀ, ਕੋਈ ਪੈਸਾ ਨਹੀਂ। ਤੁਸੀਂ ਆਪਣੇ ਇੱਕ ਵਾਰ ਓਰੀਜਨਲ ਡਾਕੂਮੈਂਟ ਲੈ ਕੇ ਆਓ, ਅਸੈਸਮੈਂਟ ਕਰਵਾਓ, ਦੈਨ ਤੁਹਾਡੀ ਫਾਈਲ ਐਲੀਜੀਬਲ ਹੈਗੀ ਹੈ, ਤਾਂ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰਵਾਓ। ਪੈਸੇ ਉੱਦਣ ਦਿਓ ਜਿੱਦਣ ਪਾਸਪੋਰਟ 'ਤੇ ਸਟੈਂਪ ਲੱਗ ਕੇ ਆਏਗੀ। ਅਤੇ ਇੱਕ ਹੋਰ, ਬੈਂਡ ਸਕੋਰ ਦੀ ਰਿਕੁਆਇਰਮੈਂਟ ਕੀ ਅੱਜ ਦੀ ਡੇਟ 'ਚ ਕੈਨੇਡਾ ਦੀ? ਬੈਂਡ ਸਕੋਰ ਹਲੇ ਵੀ ਉਹੀ ਚੱਲਦੇ ਪਏ, 10 ਅਗਸਤ ਨੂੰ ਜੋ ਰੂਲ ਪਾਸ ਹੋਇਆ ਸੀਗਾ, ਓਵਰਆਲ 6 ਬੈਂਡ ਚਾਹੀਦੇ, ਅੱਜ ਵੀ ਓਵਰਆਲ 6 ਬੈਂਡ ਹੀ ਚਾਹੀਦੇ ਆ। ਕੋਈ E6 ਨਹੀਂ ਚਾਹੀਦੇ ਹੈਗੇ,
ਕੋਈ ਆਪਾਂ ਨੂੰ 6.5 ਨੋਟ ਲੈਸਨ 6 ਬੈਂਡ ਨਹੀਂ ਚਾਹੀਦੇ, ਤੁਹਾਡੇ ਓਵਰਆਲ 6 ਬੈਂਡ ਹੈਗੇ, ਨੋਟ ਲੈਸਨ 5 ਹੈਗੇ, 5.5 ਬੈਂਡ ਹੈਗੇ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਦਾ ਵੀਜ਼ਾ। ਸੋ ਇੱਕ ਹੋਰ ਸਵਾਲ ਆ, ਮਤਲਬ ਕਿ ਬੜੇ ਲੋਕਾਂ ਦੇ ਡਰ ਹੁੰਦਾ ਮਨ 'ਚ, ਜਿਵੇਂ ਸਾਡੇ ਪਿੰਡ ਵਾਲਿਆਂ ਦੇ, ਕਿ ਇੱਕ ਵਾਰੀ ਕੈਨੇਡਾ ਰਿਫਿਊਜ਼ਲ ਹੋ ਗਏ, ਵੀਜ਼ਾ ਨਹੀਂ ਮਿਲਣਾ ਉਦੋਂ ਬਾਅਦ, ਉਹਦਾ ਵੀ ਹੱਲ ਆ? ਪਰ ਰਿਫਿਊਜ਼ਲ ਕੇਸ ਵੀ ਹੈਗੇ ਨੇ ਆਪਣੇ ਕੋਲ, ਮੇਰੇ ਖਿਆਲ ਨਾਲ ਇਹਦੇ ਵਿੱਚ ਐਟਲੀਸਟ 6-7 ਪਾਸਪੋਰਟ ਇੱਦਾਂ ਦੇ ਪਏ ਹੋਣੇ ਆ ਜਿਨ੍ਹਾਂ ਦਾ 5-5, 6-6 ਵਾਰ ਵੀਜ਼ਾ ਰਿਫਿਊਜ਼ ਹੋਇਆ। ਸੋ ਤੁਸੀਂ ਉਹ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਮਤਲਬ ਇੱਕ ਰਿਫਿਊਜ਼ਲ ਮੈਟਰ ਕਰਦੀ ਹੈ। ਸਾਡੇ ਕੋਲ 5 ਰਿਫਿਊਜ਼ਲਾਂ ਤੋਂ ਬਾਅਦ ਵੀ ਕੋਈ ਬੱਚਾ ਆਉਂਦਾ, ਸਾਨੂੰ ਮੈਟਰ ਨਹੀਂ ਕਰਦਾ, ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਸੋ ਅੱਜ ਦੀ ਡੇਟ 'ਚ ਮੇਰੇ ਹਿਸਾਬ ਨਾਲ ਤਾਂ ਕੈਨੇਡਾ ਜਾਣਾ ਵਧੀਆ ਹੈ, ਕਿਉਂਕਿ GIC ਜਿਹੜੇ ਬੰਦੇ ਪੜ੍ਹਨ ਜਾਣਾ ਉਹਨਾਂ ਲਈ ਵਧੀਆ। ਸੋ ਜੇ GIC ਡਬਲ ਕਰਤੀ ਤਾਂ ਹੁਣ ਬੱਚੇ ਘੱਟ ਹੀ ਜਾਣਗੇ ਨਾ, ਵੀਜ਼ੇ ਦੀ ਰੇਸ਼ੋ ਤਾਂ ਵੱਧ ਜੂਗੇ ਇਹਦੇ ਨਾਲ? ਨਹੀਂ, ਇਹਦੇ ਵਿੱਚ ਦੇਖੋ ਬੱਚੇ ਦਾ ਫਾਇਦਾ ਹੈਗਾ, ਬੱਚੇ ਦਾ ਕੀ ਫਾਇਦਾ ਹੈਗਾ? ਜੇ 13 ਲੱਖ ਰੁਪਏ GIC ਅੱਜ ਇਨਕਰੀਜ਼ ਹੋਈ ਆ, ਉਹ 13 ਦਾ 13 ਲੱਖ ਰੁਪਏ ਹੀ ਬੱਚੇ ਦੇ ਅਕਾਊਂਟ 'ਚ ਜਾਣਾ। 13 ਆਉਣਾ, ਚਲੋ ਇਹ ਡਰ ਜਿਹਾ ਪਾਤਾ ਹੈ ਨਾ ਉਹਨਾਂ ਨੇ ਕਹਿ ਕੇ, ਪਰ ਉਹ ਤਾਂ ਆਪਣਾ ਵਾਪਸੀ ਆ ਰਿਹਾ ਖਰਚਾ। ਹਾਂ, ਖਰਚਾ ਜ਼ਰੂਰ ਜੇ ਬੱਚੇ ਦਾ ਇਨਕਰੀਜ਼ ਹੁੰਦਾ ਪਿਆ, ਪਰ ਉਹ 13 ਲੱਖ ਰੁਪਏ ਤੁਹਾਡੀ ਆਪਣੀ ਜੇਬ ਦੇ ਵਿੱਚ ਹੀ ਜਾਣਾ। ਅੱਛਾ, ਇੱਕ ਹੋਰ ਸਵਾਲ ਮੇਰਾ, ਹੁਣ ਕਈ ਏਜੰਟ ਪਹਿਲਾਂ ਪੈਸੇ ਲਈ ਜਾਂਦੇ ਆ, ਵੈਸੀ ਫੀਸ ਜਵਾਕਾਂ ਦੀ ਮਰ ਜਾਂਦੀ ਆ, ਉਹ ਕਿਤੇ ਨਾ ਕਿਤੇ ਪੈਸੇ ਕਾਹਤੋਂ ਪਹਿਲਾਂ ਲੈਂਦੇ, ਜਿਵੇਂ ਤੁਸੀਂ ਤਾਂ ਬਾਅਦ 'ਚੋਂ ਲੈ ਰਹੇ, ਮਸਲਾ ਕੀ ਦੋਵਾਂ 'ਚ? ਦੇਖੋ, ਇੱਥੇ 2 ਤਰ੍ਹਾਂ ਦੇ ਏਜੰਟ ਹੈਗੇ ਆ। ਅਸੀਂ ਕਹਿੰਦੇ ਹਾਂ ਵੀਜ਼ਾ ਲਗਵਾ, ਉਸ ਤੋਂ ਬਾਅਦ ਪੈਸੇ ਲਵਾਂਗੇ। ਸਿੰਪਲ ਜੀ ਗੱਲ ਆ, ਬੱਚਾ ਇਹੀ ਆ ਕੇ ਸਾਨੂੰ ਕਹਿੰਦਾ ਤੂੰ ਆਪਣਾ ਸਾਡਾ ਵੀਜ਼ਾ ਲਗਵਾ ਕੇ ਦੇ, ਫਿਰ ਅਸੀਂ ਤੈਨੂੰ ਪੈਸੇ ਦੇਵਾਂਗੇ। ਪਹਿਲਾਂ ਕਰਕੇ ਦਿਖਾ ਵੀ ਆਹ ਵੀਜ਼ਾ ਲੱਗਾ, ਫਿਰ ਪੈਸੇ ਲੈ। ਇੱਕ ਏਜੰਟ ਕਹਿੰਦਾ ਵੀ ਮੈਂ ਅੱਜ ਦੀ ਡੇਟ ਦੇ ਵਿੱਚ ਆ ਕੇ ਸਿਰਫ ਆਪਣੇ ਸਟਾਫ ਨੂੰ ਸੈਲਰੀਆਂ ਦੇਣੀਆਂ, ਮੈਂ 20,000 ਇਹਦੀ ਪਰਚੀ ਕੱਟ ਦੇਵਾਂ, 30,000 ਇਹਦੀ ਪਰਚੀ ਕੱਟ ਦੇਵਾਂ, ਕੰਮ ਹੋਵੇ ਨਾ ਹੋਵੇ ਸਾਨੂੰ ਕੋਈ ਮੈਟਰ ਨਹੀਂ ਕਰਦਾ। ਇਹਦੇ ਵਿੱਚ ਮੈਂ ਹੁਣੇ ਕਹਿ ਕੇ ਹਟਿਆ, 3-4 ਪਾਸਪੋਰਟ ਇੱਦਾਂ ਦੇ ਹੈਗੇ ਜਿਨ੍ਹਾਂ ਦੇ 6-6 ਵਾਰ ਰਿਫਿਊਜ਼ਲ ਆ, ਅਤੇ ਜਦੋਂ ਬੱਚਿਆਂ ਦੀ ਮੈਂ ਕਹਾਣੀ ਸੁਣਦਾ ਪਿਆ ਨਾ, ਉਹ ਸੁਣ ਕੇ ਹੈਰਾਨ ਹੈਗੇ ਵੀ 2-2 ਲੱਖ ਰੁਪਈਆ ਕੈਨੇਡਾ ਦੇ ਵਿੱਚ ਬੱਚਿਆਂ ਕੋਲ ਏਜੰਟਾਂ ਨੇ ਚਾਰਜ ਕੀਤਾ, ਅਤੇ 6 ਰਿਫਿਊਜ਼ਲਾਂ ਲਗਵਾਉਣ ਤੋਂ ਬਾਅਦ ਕਹਿੰਦੇ ਫਾਈਲ ਲੈ ਜਾਓ ਜੀ। ਕੁੱਲ ਮਿਲਾ ਕੇ ਉਹ ਬੈਂਕ ਬੈਲੈਂਸ ਵੱਲ ਧਿਆਨ ਦੇ ਦਿੰਦੇ ਕਿ ਸਾਡਾ ਇਨਕਰੀਜ਼ ਹੋਈ ਜਾਵੇ, ਬੰਦੇ ਦਾ ਵੀਜ਼ਾ ਲੱਗੇ ਨਾ ਲੱਗੇ। ਸੋ ਇਹ ਵਾਰ ਵਾਰ ਤਾਂ ਇਹ ਕਹਿੰਦੇ ਕਿ ਪੈਸੇ ਸਾਰੇ ਬਾਅਦ 'ਚੋਂ, ਜਦੋਂ ਪੈਸੇ ਬਾਅਦ 'ਚੋਂ ਲੈਣੇ ਹੋ, ਕਿਉਂਕਿ ਇਹ ਇਨਵੈਸਟ ਕਰ ਰਹੇ, ਇਹਨਾਂ ਨੂੰ ਜ਼ਿਆਦਾ ਟੈਨਸ਼ਨ ਹੈ ਤੁਹਾਡੀ ਫਾਈਲ ਇਹ ਵਧੀਆ ਪ੍ਰੋਸੈਸ ਕਰਨਗੇ, ਕਿਉਂਕਿ ਜਿੰਨੇ ਨੂੰ ਪੈਸੇ ਪਹਿਲਾਂ ਲੈ ਲਏ ਉਹਨੂੰ ਕੀ ਆ, ਉਹਦੇ ਕੋਲ ਪੈਸੇ ਆ ਗਏ ਉਹ ਫਾਈਲ ਸੱਟ ਦੂ, ਜੇ 100 ਫਾਈਲ ਪਾਈ 50 ਆ ਗਈਆਂ ਉਹਦੇ ਫਿਰ ਵੀ ਬੰਨੇ ਆ ਸਾਲ। ਮਤਲਬ ਇੱਕ ਚੀਜ਼ ਸੋਚ ਕੇ ਦੇਖਿਓ ਵੀ ਅਸੀਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈ ਰਹੇ, ਇੱਦਾਂ ਦੀ ਕੀ ਚੀਜ਼ ਹੈਗੀ ਆ ਵੀ ਅਸੀਂ ਪੈਸਾ ਵੀ ਨਹੀਂ ਲੈ ਰਹੇ, ਕੱਲ ਨੂੰ ਵੀਜ਼ਾ ਨਹੀਂ ਲੱਗਿਆ ਫ੍ਰੀ ਦੀਆਂ ਗਾਲਾਂ ਵੀ ਬੱਚਾ ਸਾਨੂੰ ਕੱਢ ਕੇ ਜਾਏ। ਹਾਂ, ਸੋ ਸਾਡਾ ਫਾਇਦਾ ਉਦੋਂ ਹੈਗਾ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ, ਕਿਉਂਕਿ ਵੀਜ਼ਾ ਲੱਗਣ ਦੇ ਨਾਲ ਤੁਸੀਂ 4 ਬੰਦਿਆਂ ਨੂੰ ਦੱਸੋਗੇ ਗਾਂ ਕਿ ਉਹਨਾਂ ਤੋਂ ਮੇਰਾ ਵੀਜ਼ਾ ਲੱਗਾ, ਕਿ ਪੈਸੇ ਵੀ ਬਾਅਦ 'ਚੋਂ ਦਿੱਤੇ, ਇਹਨਾਂ ਦੀ ਤਾਂ ਐਡਵਰਟਾਈਜ਼ਮੈਂਟ ਹੀ ਬਣ ਜਾਂਦੀ ਹੈ, ਕਿਉਂਕਿ ਇਹਨਾਂ ਦਾ ਤਾਂ ਹੀ ਵਧੀਆ ਕੰਮ ਕਰਨਗੇ ਅਤੇ ਵਧੀਆ ਹੀ ਲੋਕਾਂ ਤੁਸੀਂ ਕਹਿਣਾ ਆ। ਮਤਲਬ ਜਿਨ੍ਹਾਂ ਦੇ ਵੀਜ਼ੇ ਆਏ ਆ, ਸੋ ਉਹਨੇ ਰਿਵਿਊ ਲਓ, ਪਾਸਪੋਰਟ ਪਏ ਉਹਦੇ ਰਿਵਿਊ ਚੈੱਕ ਕਰੋ। ਪਹਿਲਾਂ ਅਸੀਂ ਵੀਜ਼ਾ ਦਿਖਾਵਾਂਗੇ, ਵੀਜ਼ਾ ਦੇਵਾਂਗੇ ਬੱਚੇ ਨੂੰ, ਫਿਰ ਉਸ ਤੋਂ ਬਾਅਦ ਅਸੀਂ ਪੈਸੇ ਚਾਰਜ ਕਰਾਂਗੇ ਆਪਣੇ। ਕੁੱਲ ਮਿਲਾ ਕੇ ਗੱਲ ਮੁੱਕਦੀ ਆ, ਆਓ ਵਿਜ਼ਿਟ ਕਰੋ। ਸੋ ਲਾਸਟ 'ਤੇ ਸ਼ਾਹ ਜੀ, ਮੈਨੂੰ ਇਹ ਦੱਸਿਓ ਬ੍ਰਾਂਚਾਂ ਕਿੱਥੇ ਕਿੱਥੇ ਆ, ਲੋਕਾਂ ਨੂੰ ਕੀ ਪਤਾ ਬ੍ਰਾਂਚ ਨੇੜੇ ਪੈਂਦੀ, ਉਹ ਜ਼ਰੂਰ ਮੈਂਸ਼ਨ ਕਰ ਦਿਓ, ਇੱਥੇ 'ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਇਕੱਲੇ ਪੰਜਾਬ 'ਚ ਆ ਕੇ ਬਾਹਰ ਉਹ ਵੀ ਜ਼ਰੂਰ ਮੈਂਸ਼ਨ ਕਰੋ। ਸੋ ਸਾਡੀਆਂ ਬ੍ਰਾਂਚਾਂ ਹੈਗੀਆਂ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਅਤੇ ਜਿਹੜੀ ਹਰਿਆਣੇ 'ਚ ਹੈਗੀਆਂ ਭੇਵਾ ਅਤੇ ਯਮੁਨਾਨਗਰ। ਓਕੇ, ਇੱਥੇ ਵਿਜ਼ਿਟ ਕਰ ਸਕਦੇ ਆ। ਹਾਂ, ਸੋ ਐਤਵਾਰ ਤਾਂ ਕਲੋਜਿੰਗ ਹੁੰਦੀ ਹੈ ਨਾ? ਹਾਂ, ਸੰਡੇ ਕਲੋਜ਼ ਆ ਜੀ, ਉਹ ਉਦਣ ਤਾਂ ਕਲੋਜ਼ ਹੁੰਦਾ। ਸੋ ਇਹਦੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕਰ ਲਈ, ਜੇ ਤੁਹਾਡੇ ਮਨ 'ਚ ਕੋਈ ਹੋਰ ਸਵਾਲ ਰਹਿੰਦਾ ਤੁਸੀਂ ਆਣ ਕੇ ਪਰਸਨਲ ਡਿਸਕਸ ਕਰੋ, ਇੱਕ ਵਾਰੀ ਮਿਲੋ, ਮਿਲਣ 'ਤੇ ਤੁਹਾਡਾ ਹੋਰ ਰਿਵਿਊ ਹੋਣਾ ਆ, ਕਿਉਂਕਿ ਇੱਦਾਂ ਦੱਸਣ ਨਾਲ ਤੁਹਾਡੇ ਵੀ ਕਈ ਗੱਲਾਂ ਹੋਣੀਆਂ, ਕਈ ਸਵਾਲ ਜੋ ਸਾਨੂੰ ਨਹੀਂ ਪਤਾ ਉਹ ਕਲੀਅਰ ਇੱਥੇ ਆਣ ਕੇ ਕਰੋ। ਸੋ ਇਸੇ ਦੇ ਨਾਲ ਸ਼ਾਹ ਜੀ ਧੰਨਵਾਦ, ਤੁਸੀਂ ਇੰਨੀ ਇਨਫੋਰਮੇਸ਼ਨ ਸ਼ੇਅਰ ਕੀਤੀ। ਜੇ ਕਿਸੇ ਨੇ ਕਾਲ ਵੀ ਕਰਨੀ ਹੈ 9161 9167 'ਤੇ ਸਾਨੂੰ ਕਾਲ ਕਰ ਸਕਦੇ, ਟਾਈਮਿੰਗ 10-6 ਵਜੇ ਦਾ। ਅਤੇ ਜੇ ਉਸ ਤੋਂ ਬਾਅਦ ਵੀ ਕਿਸੇ ਨੇ ਸਾਡੇ ਨਾਲ ਕੰਟੈਕਟ ਕਰਨਾ, ਵਟਸਐਪ 'ਤੇ ਸਾਨੂੰ ਮੈਸੇਜ ਕਰ ਸਕਦੇ, ਇਸੇ ਨੰਬਰ 'ਤੇ ਆਪਣੇ ਡਾਕੂਮੈਂਟਸ ਵਟਸਐਪ 'ਤੇ ਪਾ ਕੇ, ਉੱਥੇ ਆਟੋਮੈਟਿਕਲੀ ਤੁਹਾਨੂੰ ਰਿਪਲਾਈ ਆ ਜਾਏਗਾ। ਹਾਂਜੀ, ਸੋ ਧੰਨਵਾਦ, ਧੰਨਵਾਦ ਜੀ ਸਾਰਿਆਂ ਦਾ।